ਲੋਗਾ ਜੀ ਅਲਹਮਦੁਲਿਲਾ ਸਾਰੀਆਂ ਬੱਕਰੀਆਂ ਲੈ ਲਈਆਂ ਨੇ ਮੈਂ ਨਹੀਂ ਮੰਨਦਾ ਤੇ ਮਾਸ਼ਾਅੱਲਾ ਜਿਹੜਾ ਗਰਾਸ ਤੋਂ ਮੈਂ ਆਟਾ ਮੰਗਵਾਇਆ ਸੀ ਤੇ ਉਹ ਪਾਰਸਲ ਵੀ ਆ ਗਿਆ ਅਭੀ ਮਜਾ ਆਏਗਾ ਨਾ بسم اللہ الرحمن الرحیم السلام علیکم امید کرنا تو سارے بھرا ٹھیک ٹھاک ہو جڑے میرے بھرا میرے چینل تے نئے نے انہاں کی ریکویسٹ ہے کہ میرے چینل نو لائک سبسکرائب اور شیئر لازمی کرو تو ماشاءاللہ موسم جڑا نا پی اے پی اے تو اب بارہ سے بڑی کمال دی السلام علیکم बदल हनेरी जा रहे हैं बारिश फिर भी आ सकती है लेकिन कोई पता नहीं है धुप भी निकल आ सकती है बदल माड़ा मोटा ही है ना है कोई नहीं बदल देख सकते हैं तो अपने मिनी जू भी चल रहे हैं उतने भी सूरत हाल पहाड़ने का की सूरत हाल उतों की बारिश तो बाबा सवेरे आई है पानी शानी खलोता है नहीं खलोता की हिसाब का वे तुम सारा वीडियो पता लगती है तो हम चल रहे हैं मिनी जू नाले ਮੁਰਗਿਆਂ ਨੂੰ ਦਾਣਾ ਪਾਣੀ ਪਾ ਦਿੱਤੇ ਤੇ ਸੁਬਾਹ ਦਾ ਟਾਈਮ ਹੈ 10:30 ਦਾ ਟਾਈਮ ਹੋ ਗਿਆ ਵੇ ਤੂੰ ਚੱਲਦੇ ਆ ਮੈਨੂੰ ਦੂਏ ਚ ਲੋ ਜੀ ਮਾਸ਼ਾਅੱਲਾ ਮੈਨੂੰ ਦੂਏ ਚ ਆ ਗਏ ਆ ਵੇਖ ਸਕਣੇ ਆ ਬਾਰਿਸ਼ ਬਹੁਤ ਜ਼ਿਆਦਾ ਹੋਈ ਏ ਪਾਣੀ ਖਲੋਤਾ ਹੋਇਆ ਵੇ ਤੇ ਰੋਟੀਆਂ ਪਾਈਏ ਹੁਣ ਇੱਧਰ ਇਹਨਾਂ ਨੂੰ ਪਾ ਦਈਏ ਇਹਨਾਂ ਨੂੰ ਖੋਲਣਾ ਨਹੀਂ ਆਇਆ ਪੇਅਰ ਕੀਤਾ ਵੇ ਮਾਸ਼ਾਅੱਲਾ ਇੱਕ ਨਵੀਂ ਮੁਰਗੀ ਵੀ ਅੰਦਰ ਲਿਆਂਦੀ ਹੈ ਉਹ ਖਾਣ ਲੱਗ ਪਏ ਬਲਾ ਗਰਮੀ ਬਹੁਤ ਜ਼ਿਆਦਾ ਰਾਤੀ ਅਤੇ ਮਾਸ਼ਾਅੱਲਾ ਫਜਰ ਦੇ ਟਾਈਮ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਮੌਸਮ ਕਾਫੀ ਹੱਦ ਤੱਕ ਬਿਹਤਰ ਹੋ ਗਿਆ ਅਤੇ ਲੇਕਿਨ ਧੁੱਪ ਦੇ ਫਿਰ ਚਾਂਸ ਹੈ ਧੁੱਪ ਨਿਕਲ ਆਏਗੀ ਹਵਾ ਮਾੜੀ ਮੋਟੀ ਚੱਲਦੀ ਪਈ ਹੈ ਲੇਕਿਨ ਵਿੱਚ ਹੀ ਨਾ ਧੁੱਪ ਨਿਕਲ ਆਉਂਦੀ ਫਿਰ ਬੱਦਲ ਹੋ ਜਾਂਦਾ ਵੇ ਇਹ ਸਿਸਟਮ ਹੈ ਅਤੇ ਇਹਨਾਂ ਨੂੰ ਰੋਟੀ ਪਾ ਛਾ ਕੇ ਫਿਰ ਤੁਹਾਨੂੰ ਇਨਸ਼ਾਅੱਲਾ ਮਿਲਦੇ ਹਾਂ ਅਤੇ ਜੁਮੇ ਦਾ ਦਿਨ ਹੈ ਅੱਜ ਮਾਸ਼ਾਅੱਲਾ ਲਓ ਜੀ ਬੜੇ ਮੁਰਗੇ ਕੋਈ ਮਾਸ਼ਾਅੱਲਾ ਰੋਟੀ ਡਾਲਦੀ ਹੈ ਇੱਧਰ ਜੇ ਪਾਣੀ ਰੱਖਦੀ ਹੈ ਤੋ ਜੇ ਇਸਕਾ ਦਰਵਾਜ਼ਾ ਬੰਦ ਕਰ ਦਿੱਤੇ ਹੈ ਦੇਖੋ ਮਾਸ਼ਾਅੱਲਾ ਇਸੇ ਖਾ ਲਏ ਰੋਟੀ ਨੂੰ ਖਾ ਲੈਂਦੇ ਬੰਦ ਕਰ ਛੱਡਿਆ ਵੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਚਿੱਕੜ ਹੋ ਗਿਆ ਕੋਈ ਨਹੀਂ ਪਾਣੀ ਇਨਸ਼ਾਅੱਲਾ ਨਿਕਲ ਜਾਏਗਾ ਸੁੱਕ ਜਾਏਗਾ ਧੁੱਪ ਨਿਕਲ ਆਏਗੀ ਨਾ ਫਿਰ ਸੈੱਟ ਹੋ ਜਾਏਗਾ ਕੰਮ ਲੋਕ ਜੀ ਅਲਹਮਦੁਲਿਲਾ ਸਾਰੀਆਂ ਬੱਕਰੀਆਂ ਲੈ ਲਈਆਂ ਨੇ ਲੋ ਜੀ ਇਹ ਸਾਡੇ ਪਿੰਡ ਦੀਆਂ ਬੱਕਰੀਆਂ ਜੀ ਲੋ ਜੀ ਮੇਰੇ ਦੋ ਵਿੱਚ ਕਨਿੰਗਿਆਂ ਨੇ ਰੋਟੀ ਰੋਟੀ ਪਾ ਦਿੱਤੀ ਦਾਣਾ ਖਾਣੀ ਪਾਉਂਦਾ ਪਾਣੀ ਪਾਣੀ ਦਿੱਤਾ ਵੀ ਅਤੇ ਬਾਰਿਸ਼ ਬਹੁਤ ਜ਼ਿਆਦਾ ਸੀ ਚਿੱਕੜ ਬਹੁਤ ਜ਼ਿਆਦਾ ਹੈਗਾ ਫਿਰ ਜਦੋਂ ਜਦੋਂ ਵਾਪਸ ਘਰ ਆ ਜਾਣਾ ਤਾਂ ਲਾ ਤਾ ਘਰ ਅਤੇ ਘਰ ਆਇਆ ਜਲਦੀ ਕਹਿ ਰਹੇ ਨੇ ਚਲੇ ਲੈ ਚਾਵਲ ਹੈਗੇ ਮੁਰਗੇ ਨੂੰ ਪਾ ਦਿੱਤੇ ਪਾ ਦੇਣੇ ਨੂੰ ਮੈਂ ਚਲੋ ਹੁਣ ਉਹ ਵੀ ਪਾ ਦਿਆਂਗੇ ਅਤੇ ਮਾਸ਼ਾਅੱਲਾ ਜਿਹੜਾ ਗਰਾਸ ਤੋਂ ਮੈਂ ਆਟਾ ਮੰਗਵਾਇਆ ਸੀ ਅਤੇ ਉਹ ਪਾ ਅਭੀ ਮਜਾ ਆਏਗਾ ਨਾ ਉਹ ਮੇਰੇ ਬਾਅਦ ਇਨਸ਼ਾਅੱਲਾ ਫਿਰ ਪਾਰਸਲ ਵੀ ਲੈ ਜਾਗਾ ਮੈਂ ਵਹਾਵਾਂਗਾ ਤੁਹਾਨੂੰ ਕੀ ਮੈਂ ਮੰਗਵਾਇਆ ਸੀ ਅਤੇ ਉਹਦੇ ਲਈ ਇਨਸ਼ਾਅੱਲਾ ਅਨਬੋਕਸਿੰਗ ਕਰਾਂਗੇ ਤੁਹਾਡੇ ਸਾਹਮਣੇ
ਵੀਡੀਓ ਨੂੰ ਲਾਈਕ ਲਾਜ਼ਮੀ ਕਰਿਆ ਜੀ, ਸਬਸਕ੍ਰਾਈਬ ਔਰ ਸ਼ੇਅਰ ਲਾਜ਼ਮੀ ਕਰਿਆ। ਇਹ ਚੈਨਲ ਹੈ ਚਾਵਲ ਅਤੇ ਮੈਨੂੰ ਤਾਂ ਚੱਲਦੇ ਆ ਅਤੇ ਪਰਿੰਦਿਆਂ ਨੂੰ ਪਾਉਂਦੇ ਆ ਅਤੇ ਇੰਜੋਏ ਕਰਦੇ ਨੇ ਪਰਿੰਦੇ ਵੀ ਅਤੇ ਚੱਲਦੇ ਹਾਂ ਵੀਡੀਓ ਵਿੱਚ। ਲਓ ਜੀ ਮਾਸ਼ਾਅੱਲਾ ਜੁਮੇ ਐਸੇ ਰੈਡੀ ਹੋ ਗਏ ਹਾਂ, ਆਪਣੇ ਛੁੱਟੇ ਪਾ ਲਏ ਨੇ ਅਤੇ ਹੁਣ ਮੈਂ ਮਾਸ਼ਾਅੱਲਾ ਮੈਂ ਜੁਮਾ ਪੀਰ ਮੁਹੰਮਦ ਅਜਮਲ ਅੱਲਾ ਕਾਦਰੀ ਸਾਹਿਬ ਦੇ ਮਰਕਜ਼ ਪੜ੍ਹਨ ਲੱਗਾ ਮਾਸ਼ਾਅੱਲਾ ਅਤੇ ਹੁਣ ਉੱਥੇ ਜਾ ਕੇ ਮਿਲਦੇ ਹਾਂ। ਲਓ ਜੀ ਮਾਸ਼ਾਅੱਲਾ ਅਲਹਮਦੁਲਿਲਾ ਮਰਕਜ਼ ਪਹੁੰਚ ਗਏ ਹਾਂ। ਮਾਸ਼ਾਅੱਲਾ ਪਾਰਸਲ ਲੈਣ ਦਿਆ, ਪਾਰਸਲ ਲੈ ਘਰ ਆ ਗਏ ਵਾ ਅਤੇ ਇਨਸ਼ਾਅੱਲਾ ਘਰ ਜਾ ਕੇ ਇਹਦੀ ਅਨਬੋਕਸਿੰਗ ਕਰਦੇ ਹਾਂ। ਸ਼ਾਮ ਦਾ ਟਾਈਮ ਸੀ, ਭੁੱਖ ਬੜੀ ਲੱਗ ਗਈ ਅਤੇ ਫਰਿੱਜ ਖੋਲ੍ਹੀਏ ਅਤੇ ਮਾਸ਼ਾਅੱਲਾ ਚਾਵਲ ਪਏ ਹੋਏ ਹਨ ਮਸਰਾਂ ਨੇ ਅਤੇ ਮੈਂ ਕਿਹਾ ਚਲੋ ਗਰਮ ਕਰਕੇ ਹੀ ਖਾਈਏ। ਆਏ ਹਾਂ ਕਿਆ ਬਾਤ, ਕਿਆ ਲੁਸ ਲੁਸ ਕਰ ਰਹੇ ਨੇ, ਕਮੈਂਟ ਕਰਕੇ ਦੱਸਿਆ ਜੀ ਕਿਹਦਾ ਪਾਣੀ ਜਿਹਾ ਮੂੰਹ ਆਇਆ ਵੇ। ਆਏ ਹਾਂ ਜ਼ਬਰਦਸਤ ਖਾਂਦੇ ਹਾਂ ਅਤੇ ਇੰਜੋਏ ਕਰਦੇ ਹਾਂ। ਦੇਖੀਏ ਮਾਸ਼ਾਅੱਲਾ ਗਿੰਬਲ ਮੰਗਵਾਇਆ ਮੈਨੇ, ਕੈਸਾ ਲੱਗਾ ਸਰਪ੍ਰਾਈਜ਼ ਕਮੈਂਟ ਚ ਲਾਜ਼ਮੀ ਦੱਸਿਆ ਜੇ। ਇਹ ਅੱਜ ਦਾ ਸਾਡਾ ਵਲੌਗ ਸੀ, ਤੁਹਾਨੂੰ ਚੰਗਾ ਲੱਗਿਆ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਨੈਕਸਟ ਵੀਡੀਓ ਜੀ, ਅੱਲਾ ਹਾਫਿਜ਼।